गुरदासपुर के पिंड च एक 38 साल के हरदीप सिंह की शक्की हालात दौरान मौत हो गई। मृतक के परिवार इस मौत को नाजायज संबंधा दौरान हत्या दस रहा है। दूजे पासे थाना किला लाल सिंह ने इस मामले में मृतक के परिवार के बयान से मृतक की प्रेमिका बलबीर कौर के खिलाफ मामला दर्ज कर लिया। मृतक हरदीप सिंह के भरा हरपाल सिंह ने दसिया कि हरदीप के पिंड विच ही गुआंढ विच रहन वाली बलबीर कौर दे नाल काफी समय पहला तो नजायज संबंध सन। गुरदासपुर तो रोहित गुप्ता दी रिपोर्ट, लाइव भारत। की नाम भाई तुहाडा? मेरा नाम हरपाल सिंह है भाई। केड़े पिंड दे रहन वाले? पिंड कोट मजलस। ते अज किन्ना दी डेथ होई है? मेरे वड्डे ब्रदर ही हरदीप सिंह। हाँ जी, उन्हां दी डेथ होई है। ओ किद्दां होई है? सर साडे सरीके जो चाची है साडी लगदी ओदी बलबीर कौर। ਕੀ ਨਾਮ ਉਹਦਾ? ਬਲਵੀਰ ਕੌਰ ਆ, ਉਰਫ ਵੀਰੀ ਵੀਰੀ ਕਹਿੰਦੇ ਉਹਨੂੰ। ਤੇ ਉਹਦੇ ਨਜਾਇਜ਼ ਸੰਬੰਧ ਹੀ ਇਹਦੇ ਨਾਲ। ਉਹ ਆਪਣੇ ਘਰ ਹੀ ਉਹਨੂੰ ਰੱਖਦੀ, ਹੋਰ ਕਿਸੇ ਨਾਲ ਨਹੀਂ ਕਰਨ ਦਿੰਦੀ ਮੇਲ ਮਿਲਾਪ ਵੀ, ਕਿਸੇ ਨਾਲ ਨਹੀਂ, ਕਿਸੇ ਰਿਸ਼ਤੇਦਾਰ ਭੈਣ ਭਰਾ ਨੂੰ ਨਹੀਂ ਕਰਨ ਦਿੰਦੀ। ਕਿੰਨੀ ਦੇਰ ਤੋਂ? ਹਾਂਜੀ, ਕਿੰਨੀ ਦੇਰ ਸਰ? ਕੋਈ ਉਹਨਾਂ ਦੇ 2 ਸਾਲ ਤੋਂ। ਅੱਛਾ, 2-3 ਸਾਲ ਤੋਂ ਚੱਲਦੇ। ਉਹ ਸਰ ਉਹਦੀ ਘਰਵਾਲੀ ਨਾਲ ਵੀ ਮਾਰ ਕਟਾਈ ਕਰਾਉਂਦੀ ਸੀ ਆਣ ਕੇ, ਅਤੇ ਕੱਲ੍ਹ ਵੀ ਉਹਦੇ ਕੋਲ ਹੀ ਗਿਆ। ਉਹਨੇ ਆਪਣੇ ਕੋਲੋਂ ਦਵਾਈ ਦਿੱਤੀ ਆ, ਉਹਦੇ ਘਰੋਂ ਖਾ ਕੇ ਆਇਆ ਵਾ। ਆਣ ਕੇ ਤੇ ਦੱਸਿਆ ਸਾਨੂੰ ਕਿ ਮੈਂ ਖਾ ਲਈ ਆ ਦਵਾਈ, ਤੇ ਕੁਝ ਹੱਥ ਸੀ ਉਹ ਅਸੀਂ ਖੋਹ ਕੇ ਸੁੱਟੀ ਆ ਦਵਾਈ, ਤੇ ਗੱਡੀ 'ਚ ਪਾ ਕੇ ਸ਼ਹਿਰ ਲਿਆਂਦਾ ਵਾ। ਇੱਥੇ ਆ ਕੇ ਉਹਦੀ ਡੈਥ ਹੋ ਗਈ ਆ। ਜਿਹੜੀ ਖਾ ਕੇ ਆਇਆ ਸਲਫਾਸ ਉਹਦੇ ਘਰੋਂ ਖਾ ਕੇ ਆਇਆ। ਉਹਦੇ ਘਰੋਂ ਖਾ ਕੇ? ਹਾਂਜੀ। ਕਿੰਨੇ ਬੱਚੇ ਇਹਨਾਂ ਦੇ? ਇਹ ਸਰ 2 ਬੇਟੇ ਇਹਦੇ। ਕਿੰਨੇ ਸਾਲ ਦੇ? ਸਰ ਇੱਕ ਹੈਗਾ ਆ 14 ਸਾਲ ਦਾ ਤੇ ਇੱਕ 15 ਸਾਲਾਂ 16 ਦਾ। ਤੇ ਕਾਰੋਬਾਰ ਕੀ ਹੈਗਾ ਇਹਨਾਂ ਦਾ? ਸਰ ਖੇਤੀਬਾੜੀ ਦਾ ਹੀ ਕਾਰੋਬਾਰ ਕਰਦੇ, ਨਾਲ ਗੱਡੀ ਰੱਖੀ ਟੈਕਸੀ ਉਹ ਚਲਾਉਂਦੇ। ਤੇ ਜਿਹੜੇ ਲੇਡੀਜ਼ ਦਾ ਨਾਮ ਵੀ ਲੈ ਰਹੇ ਹੋ, ਕੁਲਵੀਰ ਕੌਰ ਦਾ? ਬਲਵੀਰ ਕੌਰ, ਬਲਵੀਰ ਕੌਰ ਦਾ। ਹਾਂਜੀ, ਉਹ ਮੈਰਿਡ ਹੈਗਾ ਨਾ? ਮੈਰਿਡ ਸਰ ਮੈਰਿਡ ਆ। ਉਹਨਾਂ ਦੀਆਂ 2 ਬੇਟੀਆਂ ਵਿਆਹੀਆਂ ਵਾ ਉਹਦੀਆਂ, ਇੱਕ ਬੇਟਾ ਆ ਤੇ ਇੱਕ ਛੋਟੀ ਬੇਟੀ ਆ। ਉਹ ਕਿਤੋਂ? ਹਾਂਜੀ, ਥਾਣੇ ਕੀਤੀ ਕੰਪਲੇਂਟ? ਹਾਂਜੀ ਸਰ, SHO ਸਾਹਿਬ ਨੂੰ ਕੰਪਲੇਂਟ ਕੀਤੀ ਹੋਈ। ਕਿਹੜੇ ਥਾਣੇ? ਕਿਲਾ ਲਾਲ ਸਿੰਘ। ਕਿੰਨੇ ਕੁ ਵਜੇ ਦੀ ਘਟਨਾ ਇਹ? ਸਰ ਕੱਲ੍ਹ ਕੋਈ ਸ਼ਾਮੀ 7 ਵਜੇ ਦਵਾਈ ਖਾਧੀ ਆ ਨਾ, ਜਿਹੜੀ ਉੱਥੋਂ ਖਾ ਕੇ ਆਇਆ ਨਾ, 7 ਵਜੇ ਅਸੀਂ ਖੋ ਕੇ ਸੁੱਟੀ ਜਿਹੜੀ। ਹਾਂਜੀ, ਅਤੇ ਸਵੇਰੇ 6 ਵਜੇ ਡੈਥ ਹੋ ਗਈ। ਇੱਥੇ ਕੱਲ੍ਹ ਲੈ ਗਿਆ ਇਹ ਪਹਿਲਾਂ? ਹਾਂਜੀ, ਕੱਲ੍ਹ ਇੱਥੇ ਲਿਆਂਦਾ ਫਿਰ? ਨਹੀਂ ਨਹੀਂ ਸਰ, ਉੱਥੇ ਖੜਿਆ ਹੋਸਪਿਟਲ ਸਾਰੇ ਬੰਦ ਸੀ, 7 ਸਾਰ ਖੜਿਆ, ਫਿਰ ਅੰਮ੍ਰਿਤਸਰ ਰੈਫਰ ਕਰਤਾ ਉਹਨਾਂ। ਡੈਥ ਅੰਮ੍ਰਿਤਸਰ ਹੋਈ? ਹਾਂਜੀ ਸਰ, ਅੰਮ੍ਰਿਤਸਰ ਹੋਈ। ਉਹਦੇ ਘਰ ਵਾਲਿਆਂ ਨੂੰ ਪਤਾ ਸਰ? ਉਹਦੀ ਬਿਲਕੁਲ ਹੋਸ਼, ਉਹਦੀ ਸਭ ਹੀ ਰਜਾਬੰਦੀ ਨਾਲ ਕੰਮ ਹੁੰਦਾ, ਉਹ ਨਾਲ ਕਰਵਾਉਂਦਾ, ਖੁਦ ਆਪਣੀ ਘਰਵਾਲੀ ਨੂੰ ਇਹਦੇ ਘਰ ਭੇਜਦਾ ਹੁੰਦਾ ਸੀ। ਇਹ ਪਿੰਡ ਕੋਟਮਲਸ ਦੀ ਗੱਲ ਆ ਜੀ। ਹਰਦੀਪ ਸਿੰਘ ਦਾ ਆਪਣੀ ਗੁਆਂਢ ਨਾਲ ਬਲਬੀਰ ਕੌਰ ਨਾਲ ਲਵ ਫੇਰ ਚੱਲਦਾ ਸੀ। ਘਰਵਾਲੀ ਨੂੰ ਪਤਾ ਲੱਗ ਗਿਆ, ਉਹਨੇ ਜਾਣਾ ਬੰਦ ਕਰਤਾ, ਅਤੇ ਗੁਆਂਢ ਨੇ ਧਮਕੀਆਂ ਸ਼ੁਰੂ ਕਰਤੀਆਂ। ਧਮਕੀਆਂ ਤੋਂ ਤੰਗ ਆ ਕੇ ਇਹਨੇ ਖੁਦਕੁਸ਼ੀ ਕਰ ਲਈ। ਹਾਂਜੀ, ਧਮਕੀਆਂ ਤੋਂ ਤੰਗ ਆ ਕੇ ਇਹਨੇ ਖੁਦਕੁਸ਼ੀ ਕਰ ਲਈ ਆ। ਖਾਲੀ ਜਿਹੜੀ ਜੀ ਕਰ? ਨਹੀਂ, ਇਹਨੇ ਕਿੱਦਾਂ ਖੁਦਕੁਸ਼ੀ ਕੀਤੀ ਹੈ? ਜਿਹੜੀ ਜੀ ਖਾਧੀ ਗਈ, ਇਹ ਕੁੜਮਾਲ ਪਾ ਲਾ ਤੂੰ, ਯਾਨੀ ਕਿ ਜ਼ਹਿਰੀਲੀ ਚੀਜ਼ ਖਾਧੀ ਹੈ। ਹਾਂਜੀ ਹਾਂਜੀ। ਅਤੇ ਇਹਦੇ ਵਿੱਚ ਤੁਸੀਂ ਕਿਹੜੀ ਮਰਗੀ ਫੈਂਸ ਲਾ ਰਹੇ ਹੋ? 306 IP ਸਰ, ਮਕਾਨ ਦਾ ਦਰਜ ਕਰਤਾ ਜੀ। ਕਿਹੜੇ ਥਾਣੇ 'ਚ? ਥਾਣਾ ਕਿਲਾ ਲਾਲ ਸਿੰਘ। ਕਿੰਨੀ ਕੁ ਉਮਰ ਸੀ ਜਿਹਨੇ, ਜਿਹੜੀ ਲੇਡੀ ਸੀਗੀ ਜਿਹਦੇ ਕਾਰਨ ਉਹਨੇ ਦਵਾਈ ਖਾਧੀ ਹੈ? ਉਹ ਵੀ ਤੁਸੀਂ 50 ਸਾਲ ਦੇ ਕਰੀਏ। 50 ਸਾਲ ਦੇ ਕਰੀਏ। ਇਹਦੀ ਉਮਰ ਕਿੰਨੀ ਕੁ? ਇਹ 42-43 ਸਾਲ। 42-43 ਸਾਲ, ਠੀਕ ਹੈ।